ਸੁਲਤਾਨ ਮਲਟੀਮੀਡੀਆ 786 ਚੈਨਲ ਨਾਲ ਜੁੜੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ। ਇੱਕ ਵਾਰ ਸਾਹ ਸੰਗਤ ਜੀ, ਗੌਸ ਪਾਕ ਸਰਕਾਰ ਆਪਣੇ ਹੁਜਰੇ ਦੇ ਵਿੱਚ ਬੈਠੇ ਸਨ ਅਤੇ ਉਹਨਾਂ ਦੇ ਮਰੀਦ ਵੀ ਕਈ ਉਹਨਾਂ ਦੇ ਕੋਲ ਬੈਠੇ ਸਨ ਅਤੇ ਬਾਹਰੋਂ ਇੱਕ ਆਦਮੀ ਭੱਜਾ ਭੱਜਾ ਹੈਰਾਨ ਪਰੇਸ਼ਾਨ ਅਤੇ ਰੋਂਦਾ ਹੋਇਆ ਗੌਸ ਪਾਕ ਸਰਕਾਰ ਕੋਲ ਆਇਆ ਅਤੇ ਆ ਕੇ ਉਹਨਾਂ ਦੇ ਕਦਮਾਂ ਦੇ ਵਿੱਚ ਡਿੱਗ ਕੇ ਉੱਚੀ ਉੱਚੀ ਰੋਣ ਲੱਗਾ। ਗੌਸ ਪਾਕ ਸਰਕਾਰ ਨੇ ਪੁੱਛਿਆ ਕਿ ਭਾਈ ਤੈਨੂੰ ਕੀ ਹੋਇਆ, ਤੂੰ ਕਿਉਂ ਰੋ ਰਿਹਾ? ਤਾਂ ਉਸਨੇ ਰੋਂਦਿਆਂ ਰੋਂਦਿਆਂ ਹੀ ਕਿਹਾ ਕਿ ਸਰਕਾਰ, ਤੁਹਾਡੀ ਕਿਰਪਾ ਦੇ ਨਾਲ, ਤੁਹਾਡੀ ਕਰਮ ਦੀ ਨਿਗਾਹ ਦੇ ਨਾਲ ਅੱਲਾ ਨੇ ਮੈਨੂੰ ਔਲਾਦ ਬਖਸ਼ੀ ਸੀ। ਖੁਦਾ ਨੇ ਮੈਨੂੰ ਇੱਕ ਬੇਟੀ ਦਿੱਤੀ ਸੀ ਜਿਹਦੀ ਉਮਰ ਅੱਜ 17 ਜਾਂ 18 ਸਾਲ ਸੀ। ਅੱਜ ਸਵੇਰੇ ਉਹ ਆਪਣੇ ਬਾਲ ਪਾਉਣ ਲਈ ਕੋਠੇ ਦੀ ਛੱਤ 'ਤੇ ਗਈ ਸੀ ਅਤੇ ਜਦ ਹੀ ਉਹ ਗਈ ਆ, ਮੁੜ ਕੇ ਉਹ ਥੱਲੇ ਵਾਪਸ ਨਹੀਂ ਆਈ। ਅਸੀਂ ਸਾਰੇ ਹੀ ਉਸ ਨੂੰ ਲੱਭ ਲਿਆ, ਰਿਸ਼ਤੇਦਾਰਾਂ ਵਿੱਚ ਵੀ ਪੁੱਛ ਲਿਆ, ਪਰ ਮੇਰੀ ਬੇਟੀ ਮੈਨੂੰ ਕਿਤੇ ਨਹੀਂ ਮਿਲੀ। ਮੇਰੇ ਛੱਤ ਦੀ ਦੀਵਾਰ ਇੰਨੀ ਉੱਚੀ ਆ ਕਿ ਦੂਸਰਾ ਕੋਈ ਵੀ ਉੱਥੇ ਮੇਰੀ ਬੇਟੀ ਨੂੰ ਦੇਖ ਵੀ ਨਹੀਂ ਸਕਦਾ। ਸਰਕਾਰ, ਪੀਰ ਜੀ, ਤੁਹਾਡੀ ਦਇਆ ਦੇ ਨਾਲ ਮੈਨੂੰ ਬੇਟੀ ਮਿਲੀ ਸੀ, ਪਰ ਅੱਜ ਮੇਰੀ ਬੇਟੀ ਮੇਰੇ ਹੱਥੋਂ ਜਾ ਰਹੀ ਹੈ। ਤੁਸੀਂ ਮੇਰੇ 'ਤੇ ਕਰਮ ਕਮਾਓ ਅਤੇ ਮੈਨੂੰ ਮੇਰੀ ਬੇਟੀ ਵਾਪਸ ਕਰੋ। ਗੌਸ ਪਾਕ ਸਰਕਾਰ ਨੇ ਉਸੇ ਵੇਲੇ ਆਪਣੀ ਨਿਗਾਹ ਨੂੰ ਝੁਕਾਇਆ, 2 ਮਿੰਟ ਅੱਖਾਂ ਬੰਦ ਕੀਤੀਆਂ ਅਤੇ ਅੱਖਾਂ ਖੋਲ੍ਹ ਕੇ ਕਿਹਾ ਕਿ ਤੂੰ ਫਿਕਰ ਨਾ ਕਰ, ਤੇਰੀ ਬੇਟੀ ਅੱਜ ਤੈਨੂੰ ਮਿਲ ਜਾਵੇਗੀ। ਗੌਸ ਪਾਕ ਸਰਕਾਰ ਨੇ ਇੱਕ ਮਸੱਲਾ ਦਿੱਤਾ ਉਸ ਆਦਮੀ ਦੇ ਹੱਥ 'ਤੇ, ਕਿਹਾ ਚੀਨ ਦੇ ਜੰਗਲਾਂ ਨੂੰ ਜਾ, ਉੱਥੇ ਤੇਰੀ ਬੇਟੀ ਤੈਨੂੰ ਮਿਲ ਜਾਵੇਗੀ। ਉਸ ਆਦਮੀ ਨੇ ਰੋਂਦੇ ਰੋਂਦੇ ਹੀ ਪੁੱਛਿਆ ਕਿ ਸਰਕਾਰ, ਮੈਨੂੰ ਇਹ ਤਾਂ ਦੱਸੋ ਮੇਰੀ ਬੇਟੀ ਹੈ ਕਿੱਥੇ? ਤਾਂ ਗੌਸ ਪਾਕ ਸਰਕਾਰ ਨੇ ਕਿਹਾ ਕਿ ਉਹ ਚੀਨ ਦੇ ਜੰਗਲਾਂ ਵਿੱਚ ਹੈ ਅਤੇ ਜਿੰਨਾ ਭੂਤਾਂ ਦੇ ਕਬਜ਼ੇ ਦੇ ਵਿੱਚ ਹੈ, ਜੰਨਾਤ ਉਸ ਨੂੰ ਉਠਾ ਕੇ ਲੈ ਗਏ ਸੀ। ਪੀਰ ਨੇ ਕਿਹਾ ਕਿ ਤੂੰ ਇਸੇ ਵਕਤ ਇਹ ਮਸੱਲਾ ਲੈ ਕੇ ਚਲਾ ਜਾ, ਜੰਗਲਾਂ ਦੇ ਵਿੱਚ ਜਾ ਕੇ ਇੱਕ ਗੋਲ ਤਾਰਾ ਬਣਾ ਕੇ ਉੱਥੇ ਇਹ ਮਸੱਲਾ ਬਣਾ ਦੇਈਂ, ਇਹ ਵਿਛਾ ਦੇਈਂ ਅਤੇ ਮੇਰੇ ਨਾਮ ਨੂੰ ਪੁਕਾਰੀ, ਤੂੰ ਉਸੇ ਮਸੱਲੇ 'ਤੇ ਬੈਠ ਜਾਈ, ਉੱਥੇ ਬਹੁਤ ਜ਼ਿਆਦਾ ਜਿੰਨਾਤ ਆਉਣਗੇ ਅਤੇ ਤੈਨੂੰ ਡਰਾਉਣਗੇ, ਪਰ ਤੂੰ ਮੇਰਾ ਮੁਰੀਦ ਹੈ, ਤੂੰ ਬਿਲਕੁਲ ਵੀ ਨਹੀਂ ਡਰਨਾ। ਲੱਖਾਂ ਦੀ ਸੰਖਿਆ ਵਿੱਚ ਉਹ ਜਿੰਨਾਤ ਆਉਣਗੇ ਅਤੇ ਫਜਲ ਦੇ ਵਕਤ ਉਹਨਾਂ ਦਾ ਬਾਦਸ਼ਾਹ ਸ਼ੇਰ ਦੀ ਤਰ੍ਹਾਂ ਦਹਾੜਦਾ ਹੋਇਆ ਤੇਰੇ ਵੱਲੋਂ ਆਵੇਗਾ, ਉਹ ਤੇਰੇ 'ਤੇ ਹਮਲਾ ਕਰੇਗਾ। ਤੂੰ ਜਿਸ ਲਕੀਰ ਦੇ ਅੰਦਰ ਬੈਠਾ ਹੋਵੇਂਗਾ ਉੱਥੇ ਹੀ ਤੇਰੇ 'ਤੇ ਹਮਲਾ ਕਰੇਗਾ। ਪਰ ਜਿੱਦਾਂ ਬਾਕੀ ਦੇ ਜਿੰਨਾਤ ਮਾਰ ਖਾ ਕੇ ਥੱਲੇ ਡਿੱਗੇ ਸਨ, ਉਹ ਵੀ ਇਸੇ ਤਰ੍ਹਾਂ ਹੀ ਡਿੱਗ ਜਾਵੇਗਾ। ਉਹਨਾਂ ਦੀ ਇੰਨੀ ਹਿੰਮਤ ਵੀ ਨਹੀਂ ਕਿ ਉਹ ਮੇਰੇ ਮਰੀਜ਼ 'ਤੇ ਹਮਲਾ ਕਰ ਦੇਵੇ। ਬਾਅਦ ਵਿੱਚ ਜਦੋਂ ਉਹ ਅੱਖ ਥੱਕ ਜਾਣਗੇ ਤਾਂ ਤੈਨੂੰ ਪੁੱਛਣਗੇ ਕਿ ਤੂੰ ਇੱਥੇ ਕਿਉਂ ਆਇਆ ਹੈ, ਤਾਂ ਤੂੰ ਉਹਨਾਂ ਨੂੰ ਆਪਣੀ ਸਾਰੀ ਗੱਲਬਾਤ ਦੱਸ ਦੇ ਕਿ ਤੂੰ ਉੱਥੇ ਕਿਉਂ ਆਇਆ ਹੈ। ਹੁਣ ਉਹਦੀ ਬੇਟੀ ਦੀ ਗੱਲਬਾਤ ਸੀ, ਸੋ ਇਸੇ ਕਰਕੇ ਉਹ ਮਰੀਦ ਉਸੇ ਵੇਲੇ ਚੀਨ ਦੇ ਜੰਗਲਾਂ ਨੂੰ ਤੁਰ ਪਿਆ। ਉਹ ਆਦਮੀ ਹੁਣ ਚੀਨ ਦੇ ਜੰਗਲਾਂ ਵਿੱਚ ਪਹੁੰਚਿਆ, ਗੌਸ ਪਾਕ ਸਰਕਾਰ ਦੇ ਨਾਂ ਲੈ ਕੇ ਇੱਕ ਗੋਲ ਧਾਰਾ ਬਣਾ ਕੇ ਉਸ 'ਤੇ ਮਸੱਲਾ ਵਿਛਾ ਕੇ ਆਪ ਬਹਿ ਗਿਆ। ਜਿੱਦਾਂ ਹੀ ਉਸਨੇ ਮਸੱਲਾ ਵਿਛਾਇਆ ਉਸ 'ਤੇ ਬੈਠਾ, ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿੰਨਾਤ ਆਉਣ ਲੱਗੇ ਅਤੇ ਉਸ 'ਤੇ ਹਮਲਾ ਕਰਨ ਲੱਗੇ, ਪਰ ਕੋਈ ਵੀ ਉਸ ਗੋਲ ਧਾਰੇ ਦੇ ਅੰਦਰ ਨਾ ਵੜ ਸਕਿਆ। ਲੱਖਾਂ ਦੀ ਸੰਖਿਆ ਵਿੱਚ ਉੱਥੇ ਜਿੰਨਾਤ ਇਕੱਠੇ ਹੋ ਗਏ, ਪਰ ਕੋਈ ਵੀ ਉਸ ਗੋਲ ਧਾਰੇ ਦੇ ਅੰਦਰ ਨਾ ਵੜ ਸਕਿਆ। ਜਿੱਦਾਂ ਗੌਸ ਪਾਕ ਸਰਕਾਰ ਨੇ ਕਿਹਾ ਸੀ ਉਸੇ ਤਰ੍ਹਾਂ ਹੀ ਹੋਇਆ। ਫਜ਼ਲ ਦੇ ਵਕਤ ਉਹਨਾਂ ਦਾ ਸਰਦਾਰ ਆਇਆ, ਸ਼ੇਰ ਦੀ ਤਰ੍ਹਾਂ ਦਹਾੜਿਆ, ਬਾਦਲ ਦੀ ਤਰ੍ਹਾਂ ਗਰਜਿਆ। ਉਸਨੇ ਹਮਲਾ ਕਰਨਾ ਚਾਹਿਆ ਪਰ ਉਹ ਹਮਲਾ ਨਾ ਕਰ ਸਕਿਆ। ਜਦੋਂ ਉਸਦੀ ਕੋਈ ਵਾਰ ਫੇਰ ਨਾ ਗਈ ਤਾਂ ਉਹ ਉਸ ਲਕੀਰ ਦੇ ਕੋਲ ਪਹੁੰਚਿਆ ਅਤੇ ਆ ਕੇ ਉਸ ਨੂੰ ਪੁੱਛਣ ਲੱਗਾ ਕਿ ਤੂੰ ਕੌਣ ਹੈ? ਤਾਂ ਉਸ ਬਜ਼ੁਰਗ ਨੇ ਕਿਹਾ ਕਿ ਮੈਂ ਗੌਸ ਪਾਕ ਦਾ ਮਰੀਦ ਹਾਂ। ਗੌਸ ਪਾਕ ਦਾ ਨਾਮ ਸੁਣ ਕੇ ਉਹ ਜਿੰਨਾਂ ਦਾ ਬਾਦਸ਼ਾਹ ਹੱਥ ਜੋੜ ਕੇ ਖੜ੍ਹ ਗਿਆ ਅਤੇ ਪੁੱਛਣ ਲੱਗਾ ਕਿ ਤੂੰ ਇੱਥੇ ਕਿਉਂ ਆਇਆ ਹੈ?
ਤਾਂ ਉਸ ਮਰੀਦ ਨੇ ਕਿਹਾ ਕਿ ਮੈਂ ਆਇਆ ਨਹੀਂ, ਮੈਨੂੰ ਭੇਜਿਆ ਗਿਆ ਹੈ। ਜਿਨ੍ਹਾਂ ਨੇ ਪੁੱਛਿਆ ਕਿ ਤੈਨੂੰ ਕਿਹਨੇ ਭੇਜਿਆ ਹੈ, ਤਾਂ ਉਸਨੇ ਕਿਹਾ ਕਿ ਮੈਨੂੰ ਗੌਂਸ ਪਾਕ ਸਰਕਾਰ ਨੇ ਭੇਜਿਆ ਹੈ। ਕਿਉਂ ਭੇਜਿਆ ਹੈ? ਤਾਂ ਉਸਨੇ ਕਿਹਾ ਕਿ ਮੇਰੀ 17-18 ਸਾਲ ਦੀ ਬੇਟੀ ਹੈ ਜਿਹੜੀ ਅੱਜ ਸਵੇਰ ਤੋਂ ਮਿਲ ਨਹੀਂ ਰਹੀ, ਤਾਂ ਮੇਰੇ ਪੀਰ ਨੇ ਮੈਨੂੰ ਕਿਹਾ ਕਿ ਮੇਰੀ ਬੇਟੀ ਤੁਹਾਡੇ ਕੋਲ ਹੈ। ਇਹ ਸੁਣ ਕੇ ਜਿਨ੍ਹਾਂ ਦੇ ਬਾਦਸ਼ਾਹ ਨੇ ਬਾਕੀ ਜਿਨ੍ਹਾਂ ਨੂੰ ਕਿਹਾ ਕਿ ਇਸ ਦੀ ਲੜਕੀ ਦੀ ਤਲਾਸ਼ ਕਰੋ, ਤਾਂ ਲੱਖਾਂ ਦੀ ਸੰਖਿਆ ਵਿੱਚ ਜਿੰਨ ਧਰਤੀ 'ਤੇ ਤਲਾਸ਼ ਕਰਨ ਲੱਗੇ। 2 ਘੰਟੇ ਬਾਅਦ ਉਹ ਸਾਰੇ ਜਿੰਨ ਵਾਪਸ ਆਏ ਅਤੇ ਆ ਕੇ ਕਹਿਣ ਲੱਗੇ ਕਿ ਇਸ ਦੀ ਬੇਟੀ ਸਾਡੇ ਕੋਲ ਨਹੀਂ ਹੈ। ਹੁਣ ਗੌਂਸ ਪਾਕ ਸਰਕਾਰ ਨੇ 2 ਸੈਕਿੰਡਾਂ ਵਿੱਚ ਦੱਸ ਦਿੱਤਾ ਸੀ ਕਿ ਲੜਕੀ ਜਿਨ੍ਹਾਂ ਦੇ ਕੋਲ ਹੈ, ਪਰ ਜਿੰਨ 2 ਘੰਟੇ ਵੀ ਲੱਭਦੇ ਰਹੇ, ਉਹਨਾਂ ਨੇ ਅਖੀਰ ਕਿਹਾ ਕਿ ਲੜਕੀ ਸਾਡੇ ਕੋਲ ਨਹੀਂ ਹੈ। ਹੁਣ ਜਿੱਥੇ ਤੱਕ ਨਿਗਾਹ ਗੌਂਸ ਪਾਕ ਸਰਕਾਰ ਦੀ ਜਾ ਸਕਦੀ ਸੀ, ਉੱਥੇ ਤੱਕ ਉਹਨਾਂ ਜਿਨ੍ਹਾਂ ਦੀ ਨਹੀਂ ਸੀ ਜਾ ਸਕਦੀ। ਤਾਂ ਜਿਨ੍ਹਾਂ ਦਾ ਬਾਦਸ਼ਾਹ ਬੋਲਿਆ ਕਿ ਸਾਰੇ ਖਾਮੋਸ਼ ਹੋ ਜਾਓ, ਇਸ ਦੀ ਲੜਕੀ ਤੁਹਾਡੇ ਕੋਲ ਹੈ, ਤਾਂ ਉਹਨਾਂ ਜਿਨ੍ਹਾਂ ਨੇ ਪੁੱਛਿਆ ਕਿ ਬਾਦਸ਼ਾਹ ਤੁਸੀਂ ਇਸ ਤਰ੍ਹਾਂ ਕਿੱਦਾਂ ਕਹਿ ਸਕਦੇ ਹੋ, ਤਾਂ ਉਸ ਬਾਦਸ਼ਾਹ ਨੇ ਕਿਹਾ ਕਿ ਜੇ ਲੜਕੀ ਤੁਹਾਡੇ ਕੋਲ ਨਾ ਹੁੰਦੀ, ਤਾਂ ਗੌਂਸ ਪਾਕ ਨੇ ਕਿਉਂ ਕਹਿਣਾ ਸੀ ਕਿ ਤੂੰ ਚੀਨ ਦੇ ਜੰਗਲਾਂ ਵਿੱਚ ਉਹਨਾਂ ਜਿਨ੍ਹਾਂ ਕੋਲ ਜਾ, ਉਹਨਾਂ ਦੇ ਕੋਲ ਤੁਹਾਡੀ ਲੜਕੀ ਹੈ। ਉਹਨਾਂ ਨੇ ਆਪਣੇ ਮਰੀਦ ਨੂੰ ਇਸੇ ਕਰਕੇ ਇੱਥੇ ਭੇਜਿਆ ਹੈ ਕਿਉਂਕਿ ਬੇਟੀ ਤੁਹਾਡੇ ਕੋਲ ਹੈ। ਇਹ ਸੁਣ ਕੇ ਉਹ ਜਿੰਨ ਦੁਬਾਰਾ ਗਏ, ਖਾਲੀ ਮਕਾਨਾਂ ਦੇ ਵਿੱਚ, ਖੂਹਾਂ ਦੇ ਵਿੱਚ, ਪਹਾੜਾਂ ਦੇ, ਨਦੀਆਂ ਦੇ ਵਿੱਚ ਲੱਭਿਆ ਅਤੇ ਦੇਖਿਆ ਕਿ ਇੱਕ ਕੋਨੇ ਦੇ ਵਿੱਚ ਉਹ ਲੜਕੀ ਇੱਕ ਜਿੰਨ ਦੇ ਕੋਲ ਹੈ, ਜਿੰਨ ਨੇ ਉਸ 'ਤੇ ਕਬਜ਼ਾ ਕੀਤਾ ਹੋਇਆ। ਇਹ ਦੇਖ ਕੇ ਉਹ ਜਿੰਨ ਉੱਥੇ ਪਹੁੰਚੇ ਤਾਂ ਉਸ ਜਿੰਨ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਆਦਮੀ ਦੀ ਲੜਕੀ ਨੂੰ ਬਾਇੱਜ਼ਤ ਆਪਣੇ ਸਰਦਾਰ ਦੇ ਕੋਲ ਲੈ ਕੇ ਆਏ। ਆ ਕੇ ਕਹਿਣ ਲੱਗੇ, ਬਾਦਸ਼ਾਹ ਸਾਨੂੰ ਬੇਟੀ ਵੀ ਮਿਲ ਗਈ ਅਤੇ ਜਿਹੜਾ ਜਿੰਨ ਇਸ ਨੂੰ ਚੱਕ ਕੇ ਲਗਿਆ ਸੀ ਉਹ ਵੀ ਮਿਲ ਗਿਆ। ਜਿਨ੍ਹਾਂ ਦੇ ਬਾਦਸ਼ਾਹ ਨੇ ਉਸ ਲੜਕੀ ਨੂੰ ਉਸ ਬਾਪ ਦੇ ਹਵਾਲੇ ਕੀਤਾ ਅਤੇ ਕਿਹਾ ਕਿ ਤੂੰ ਇੱਥੋਂ ਜਾ। ਜਦੋਂ ਉਹ ਆਦਮੀ ਆਪਣੀ ਲੜਕੀ ਨੂੰ ਲੈ ਕੇ ਜਾਣ ਲੱਗਾ ਤਾਂ ਉਸਨੇ ਉਸ ਜਿਨ੍ਹਾਂ ਦੇ ਬਾਦਸ਼ਾਹ ਨੂੰ ਪੁੱਛਿਆ ਕਿ ਮੈਂ ਤਾਂ ਗੌਂਸ ਪਾਕ ਦਾ ਮਰੀਦ ਹਾਂ, ਮੈਂ ਤਾਂ ਉਹਨਾਂ ਨੂੰ ਜਾਣਦਾ, ਪਰ ਤੁਸੀਂ ਗੌਂਸ ਪਾਕ ਸਰਕਾਰ ਨੂੰ ਕਿੱਦਾਂ ਜਾਣਦੇ ਹੋ? ਤਾਂ ਜਿੰਨ ਬੋਲੇ ਕਿ ਤੂੰ ਤਾਂ ਸਿਰਫ ਜਾਣਦਾ ਹੀ ਹਾਂ, ਅਸੀਂ ਤਾਂ ਉਸ ਨੂੰ ਮੰਨਦੇ ਹਾਂ, ਅਸੀਂ ਤਾਂ ਸਵੇਰ ਨੂੰ ਆਪਣਾ ਸਫ਼ਰ ਵੀ ਜਾਰੀ ਨਹੀਂ ਕਰਦੇ ਜਦ ਤੱਕ ਬਗਦਾਦ ਸ਼ਰੀਫ ਵੱਲੋਂ ਮੂੰਹ ਕਰਕੇ ਸਿਰ ਨਹੀਂ ਝੁਕਾਉਂਦੇ। ਦੇਖੋ ਕੀ ਸ਼ਾਨ ਹੈ ਮੇਰੇ ਗੌਂਸ ਪਾਕ ਸਰਕਾਰ ਦੀ, ਇਹ ਸ਼ਾਨ ਗੌਂਸ ਪਾਕ ਸਰਕਾਰ ਨੂੰ ਮੇਰੇ ਅੱਲਾਹ ਤਾਲਾ ਨੇ ਬਖਸ਼ੀ ਹੈ। ਕਿੱਡਾ ਉੱਚਾ ਰੁਤਬਾ ਦਿੱਤਾ ਹੈ ਕਿ ਇਨਸਾਨ ਵੀ, ਜਿੰਨ ਭੂਤ ਵੀ ਸਵੇਰ ਨੂੰ ਆਪਣੀ ਕੋਈ ਵੀ ਕੰਮ, ਕੋਈ ਵੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਗੌਂਸ ਪਾਕ ਸਰਕਾਰ ਅੱਗੇ ਸਿਰ ਝੁਕਾਉਂਦੇ ਹਨ। ਤਾਂ ਤੁਸੀਂ ਆਪੇ ਸੋਚ ਸਕਦੇ ਹਾਂ ਕਿ ਕਿੱਡੀ ਵੱਡੀ ਤਾਕਤ ਹੋਊਗੀ ਮੇਰਾ 11ਵੀਂ ਵਾਲਾ ਪੀਰ। ਹੁਣ ਤੁਸੀਂ ਇਹ ਵੀ ਜਾਣਦੇ ਹਾਂ ਕਿ ਜਿਨ੍ਹਾਂ ਵਿੱਚ ਕਿੰਨੀ ਤਾਕਤ ਹੁੰਦੀ ਹੈ, ਕਿੰਨਾ ਇਹਨਾਂ ਦੇ ਕੋਲ ਜਾਦੂ ਟੋਣਾ ਹੁੰਦਾ ਹੈ, ਇਹ ਜੋ ਚਾਹਣ ਉਹ ਕਰ ਸਕਦੇ ਆ। ਪਰ ਇਹ ਗੌਂਸ ਪਾਕ ਸਰਕਾਰ ਸਾਹਮਣੇ ਤਾਂ ਸਮੁੰਦਰ ਦੇ ਵਿੱਚੋਂ ਇੱਕ ਬੂੰਦ ਵੀ ਨਹੀਂ ਹਨ। ਉਸ ਸਰਦਾਰ ਨੇ ਕਿਹਾ ਕਿ ਤੁਸੀਂ ਹੁਣ ਆਪਣੀ ਲੜਕੀ ਨੂੰ ਲੈ ਕੇ ਇੱਥੋਂ ਜਾਓ ਅਤੇ ਜਾ ਕੇ ਗੌਂਸ ਪਾਕ ਸਰਕਾਰ ਨੂੰ ਸਾਡਾ ਸਲਾਮ ਕਹਿਣਾ, ਅਸੀਂ ਤੈਨੂੰ ਤੇਰੀ ਬੇਟੀ ਬਾਇੱਜ਼ਤ ਤੇਰੇ ਹਵਾਲੇ ਕਰ ਦਿੱਤੀ ਹੈ। ਤਾਂ ਉਸ ਆਦਮੀ ਨੇ ਕਿਹਾ ਕਿ ਮੈਂ ਜਾਊਂਗਾ ਜ਼ਰੂਰ, ਪਰ ਪਹਿਲਾਂ ਨਕਸ਼ਾ ਦੇਖ ਲਵਾਂ। ਉਸੇ ਵੇਲੇ ਜਿਨ੍ਹਾਂ ਦਾ ਬਾਦਸ਼ਾਹ ਉਸ ਜਿੰਨ ਨੂੰ ਕਹਿਣ ਲੱਗਾ ਜਿਸ ਨੇ ਉਸ ਆਦਮੀ ਦੀ ਲੜਕੀ ਨੂੰ ਉਠਾਇਆ ਸੀ, ਤੂੰ ਇਸ ਦੀ ਲੜਕੀ ਨੂੰ ਉਠਾਇਆ ਸੀ? ਤਾਂ ਉਹ ਜਿੰਨ ਕਹਿਣ ਲੱਗਾ ਹਾਂ। ਤਾਂ ਬਾਦਸ਼ਾਹ ਨੇ ਪੁੱਛਿਆ, ਕਿਉਂ, ਕਿਆ ਤੈਨੂੰ ਪਤਾ ਨਹੀਂ ਸੀ ਬਗਦਾਦ ਸ਼ਰੀਫ ਗੌਂਸ ਪਾਕ ਸਰਕਾਰ ਦੀ ਰਾਜਧਾਨੀ ਆ? ਤਾਂ ਉਹ ਜਿੰਨ ਕਹਿਣ ਲੱਗਾ ਹਾਂ ਮੈਨੂੰ ਪਤਾ ਸੀ। ਕਿਆ ਤੈਨੂੰ ਪਤਾ ਨਹੀਂ ਸੀ ਇਹ ਬੇਟੀ ਗੌਂਸ ਪਾਕ ਦੇ ਮਰੀਦ ਦੀ ਬੇਟੀ ਹੈ? ਜਿੰਨ ਨੇ ਕਿਹਾ ਹਾਂ ਮੈਨੂੰ ਪਤਾ ਸੀ। ਤਾਂ ਬਾਦਸ਼ਾਹ ਨੇ ਕਿਹਾ, ਫਿਰ ਤੂੰ ਇਸ ਨੂੰ ਉਠਾਇਆ ਕਾਤੇ? ਤਾਂ ਉਸ ਜਿੰਨ ਨੇ ਕਿਹਾ ਕਿ
ਹੁਣ ਤਾਂ ਮੈਂ ਇਹ ਲੜਕੀ ਬਾਇੱਜ਼ਤ ਤੁਹਾਡੇ ਹਵਾਲੇ ਕਰ ਦਿੱਤੀ ਹੈ। ਇਸ ਦੀ ਵਜ੍ਹਾ ਇੱਕੋ ਹੀ ਹੈ ਕਿ ਇਹ ਗੌਂਸ ਪਾਕ ਦੇ ਮਰੀਦ ਦੀ ਬੇਟੀ ਸੀ। ਇਹ ਸੁਣ ਕੇ ਜਿੰਨਾ ਦੇ ਬਾਦਸ਼ਾਹ ਨੇ ਆਪਣੀ ਤਲਵਾਰ ਕੱਢੀ ਅਤੇ ਉਸਨੂੰ ਕਿਹਾ ਕਿ ਮੈਂ ਤੈਨੂੰ ਛੱਡੂੰਗਾ ਨਹੀਂ, ਤੇਰੀ ਗਰਦਨ ਨੂੰ ਕਲਮ ਕਰੂੰਗਾ। ਇਹ ਦੱਸ ਤੂੰ ਇਸ ਮਰੀਦ ਦੀ ਲੜਕੀ ਨੂੰ ਉਠਾਇਆ ਕਿਉਂ? ਤਾਂ ਉਸ ਜਿੰਨੇ ਜਵਾਬ ਦਿੱਤਾ ਕਿ ਹਜ਼ੂਰ, ਇਸ ਵਿੱਚ ਮੇਰੀ ਕੋਈ ਗਲਤੀ ਨਹੀਂ, ਜੋ ਗਲਤੀ ਹੈ ਇਸ ਲੜਕੀ ਦੀ ਹੈ। ਪੁੱਛਿਆ ਉਹ ਕਿੱਦਾਂ? ਤਾਂ ਉਹ ਜਿੰਨ ਦੱਸਣ ਲੱਗਾ ਕਿ ਮੈਂ ਸੁਬਹਾ ਸੁਬਹਾ ਗੌਂਸ ਪਾਕ ਸਰਕਾਰ ਦੀ ਵਾਰਗਾਹ ਦੇ ਵਿੱਚ ਸਲਾਮ ਪੇਸ਼ ਕਰਨ ਜਾ ਰਿਹਾ ਸੀ ਅਤੇ ਜਦੋਂ ਮੈਂ ਆਪਣੇ ਕਾਫਲੇ ਦੇ ਨਾਲ ਵਾਪਸ ਆ ਰਿਹਾ ਸੀ ਅਤੇ ਜਦੋਂ ਇਸ ਦੀ ਛੱਤ ਦੇ ਕੋਲੋਂ ਅਸੀਂ ਲੰਘਣ ਲੱਗੇ, ਮੈਂ ਦੇਖਿਆ ਇਹ ਲੜਕੀ ਬੇਪੜਦਾ ਨੰਗੇ ਸਿਰ ਆਪਣੇ ਮਕਾਨ ਦੇ ਛੱਤ 'ਤੇ ਖੜ੍ਹੀ ਸੀ। ਮੈਂ ਇਸ ਲੜਕੀ ਨੂੰ ਬੇਪੜਦਾ ਬਗੈਰ ਦੁਪੱਟੇ ਤੋਂ ਦੇਖਿਆ। ਉਸੇ ਵੇਲੇ ਮੈਂ ਇਸ ਲੜਕੀ ਨੂੰ ਚੱਕਿਆ ਅਤੇ ਚੁੱਕ ਕੇ ਆਪਣੇ ਗੁਫਾ ਵੱਲ ਨੂੰ ਲੈ ਆਇਆ। ਇਸ ਦੀ ਇੱਜ਼ਤ ਨੂੰ ਅਸੀਂ ਕੁਝ ਨਹੀਂ ਕੀਤਾ, ਕੋਈ ਖਿਲਵਾੜ ਨਹੀਂ ਕੀਤਾ, ਕਿਉਂਕਿ ਅਸੀਂ ਜਾਣਦੇ ਸੀ ਇਹ ਬੇਟੀ ਗੌਂਸ ਪਾਕ ਦੇ ਮਰੀਦ ਦੀ ਹੈ। ਇਹਨੂੰ ਮੈਂ ਤਾਂ ਹੀ ਉਠਾਇਆ ਸੀ ਕਿ ਗੌਂਸ ਪਾਕ ਸਰਕਾਰ ਦੇ ਮਰੀਦ ਦੀ ਬੇਟੀ ਨੂੰ ਥੋੜ੍ਹੀ ਅਕਲ ਆ ਜਾਵੇ। ਸੋ ਇਹ ਤਾਕਤ ਹੈ ਗੌਂਸ ਪਾਕ ਪੀਰ ਦੀ, ਜਿਹੜਾ ਉਸਦਾ ਮਰੀਦ ਹੁੰਦਾ ਹੈ ਪੀਰ ਉਸਦੀ ਪਿੱਠ ਕਦੇ ਨਹੀਂ ਲੱਗਣ ਦਿੰਦਾ, ਕਿਉਂਕਿ ਪੀਰ ਸਾਡਾ ਵਲੀਆਂ ਦਾ ਸਰਦਾਰ ਹੈ, ਪੀਰਾਂ ਦਾ ਪੀਰ ਹੈ। ਇਹਨੂੰ ਮੰਨਣ ਵਾਲਾ ਕਦੇ ਡੁੱਬਦਾ ਨਹੀਂ, ਅਤੇ ਨਾ ਹੀ ਤੁਸੀਂ ਕਦੀ ਸੁਣਿਆ ਹੋਵੇਗਾ ਕਿ ਗੌਂਸ ਪਾਕ ਨੂੰ ਮੰਨਣ ਵਾਲਾ ਡੁੱਬ ਗਿਆ। ਜੇ ਅਸੀਂ ਕਰਮ ਮਾੜੇ ਕਰਦੇ ਹਾਂ, ਉਸਦੇ ਦਰ 'ਤੇ ਜਾ ਕੇ ਮਾੜੀ ਨੀਤ ਰੱਖਦੇ ਹਾਂ ਜਾਂ ਦੂਸਰਿਆਂ ਦੇ ਨਾਲ ਚਲਾਕੀ ਕਰਦੇ ਹਾਂ, ਦੂਸਰਿਆਂ ਦਾ ਬੁਰਾ ਕਰਦੇ ਹਾਂ, ਫਿਰ ਪੀਰ ਸਾਡੀ ਮਦਦ ਨਹੀਂ ਕਰਦਾ। ਜੇ ਆਪਾਂ ਪੀਰ ਦੀ ਸੰਗਤ ਨੂੰ ਇੱਜ਼ਤ ਮਾਣ ਦਿੰਦੇ ਹਾਂ ਅਤੇ ਹਰ ਨੇਕ ਕੰਮ ਦੇ ਵਿੱਚ ਆਪਾਂ ਹਿੱਸਾ ਪਾਉਂਦੇ ਹਾਂ, ਉਸਦੀ ਸੇਵਾ ਵੱਧ ਚੜ੍ਹ ਕੇ ਕਰਦੇ ਹਾਂ, ਫਿਰ ਨਹੀਂ ਉਹ ਸਾਨੂੰ ਡੁੱਬਣ ਦਿੰਦਾ। ਅਤੇ ਜੇ ਆਪਾਂ ਵੀ ਸੱਚੇ ਦਿਲੋਂ, ਤੁਸੀਂ ਕਦੀ ਵੀ ਅਜਮਾ ਕੇ ਦੇਖ ਲਿਓ, ਇੱਕ ਵਾਰੀ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਅਜਮਾ ਕੇ ਦੇਖਿਓ, ਇੱਕ ਵਾਰੀ ਪੀਰ ਨੂੰ ਸੱਚੇ ਮਨੋਂ ਧਿਆ ਕੇ ਜ਼ਰੂਰ ਦੇਖਿਓ, ਫਿਰ ਦੇਖਿਓ ਤੁਹਾਡੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਜਾਂ ਨਹੀਂ। ਸੱਚੇ ਦਿਲੋਂ ਇਸ ਦੀ ਇੱਕ ਵਾਰੀ ਸੇਵਾ ਕਰਕੇ ਦੇਖਿਓ, ਫਿਰ ਦੇਖਿਓ ਤੁਹਾਡੀਆਂ ਮੁਰਾਦਾਂ ਉਹ ਪੂਰੀਆਂ ਕਰਦਾ ਜਾਂ ਨਹੀਂ, ਕਿਉਂਕਿ ਸਾਨੂੰ ਉਦੋਂ ਤੱਕ ਯਕੀਨ ਨਹੀਂ ਹੁੰਦਾ ਜਦ ਤੱਕ ਸਾਡੇ ਨਾਲ ਕੋਈ ਕੌਤਕ ਨਹੀਂ ਹੁੰਦਾ। ਸੋ ਸੱਚੇ ਦਿਲੋਂ ਉਸਦੇ ਲੜ ਲੱਗ ਜਾਵੋ, ਫਿਰ ਤੁਹਾਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹੇਗੀ। ਸੋ ਪੀਰਾਂ ਫਕੀਰਾਂ ਦੀਆਂ ਹੋਰ ਵੀਡੀਓ ਦੇਖਣ ਲਈ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਜੈਕਾਰਾ ਮੀਰਾ ਗੌਂਸ ਪਾਕ ਜੀ ਦਾ ਬੋਲ, ਸੱਚੇ ਦਰਬਾਰ ਕੀ ਜੈ।